ਮਿੱਤਰੋ ਲੋ ਜੀ ਪਹੁੰਚ ਗਏ ਲੈਂਟੇ ਮਾਲ, 12:00 ਹਜੇ 2 ਮਿੰਟ ਹੋਏ ਆ, ਪਾਰਕਿੰਗ ਲੱਭੋ ਫਟਾਫਟ ਔਰ ਗੱਡੀ ਨੂੰ ਕਰੋ ਪਾਰਕ ਤੇ ਸਿੱਧਾ ਪਹੁੰਚਣਾ ਸਿਨੇਮਾ ਹਾਲ ਤੇ ਦੇਖਦੇ ਆ ਜੀ ਹੁਣ ਕਿੱਥੇ ਲੱਗਦੀ ਹੈ ਗੱਡੀ। ਪਿੱਲਰ ਨੰਬਰ ਯਾਦ ਰੱਖਣਾ ਬਾਈ, ਧਿਆਨ ਰੱਖਿਓ ਠੀਕ ਹੈ। ਇਹ ਹੈ ਜੀ ਲੈਂਟੇ ਮਾਲ, ਦੇਖਿਓ ਕਿੰਨਾ ਫੁੱਲ ਹੈ, ਸੋਚੋ ਇਹ ਪਾਰਕਿੰਗਾਂ ਨਾਲ ਲੈਂਟੇ ਮਾਲ ਦਾ ਸੋਚੋ ਕਿਆ ਹਾਲ ਹੋਊਗਾ ਉੱਪਰ, ਸੋਚੋ ਇਹ ਆ ਲਓ ਜੀ। ਹੁਣ ਆਪਾਂ ਪਹਿਲਾਂ ਬਾਹਰ ਜਾ ਕੇ ਪਿੱਲਰ ਨੰਬਰ ਲੈਣਾ, ਉਧਰੋਂ ਆਓ ਉਧਰੋਂ ਆਓ, ਚਲੋ ਆਓ ਆਓ ਜੀ ਆਓ ਜੀ, ਆ ਗਏ ਆਪਾਂ ਲੈਂਟੇ ਮਾਲ, ਆਓ ਜੋ ਆਜੋ 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 ਆਜੋ। ਆ ਦੇਖੋ ਆਜੀ ਸਾਡੀ ਮੇਮ ਸਾਹਿਬ, ਅੱਜ ਪੰਜਾਬੀ ਜੁੱਤੀ ਪਾ ਗਏ, ਚਲੋ ਪਿੱਛੇ ਨੂੰ ਕਰ ਲਿਓ, ਖੜਾ ਹੋ ਜਾ ਪੈਣ ਆ ਜਾਈ, ਪਰ ਜੱਸੂ ਦੇਖ ਲਾ ਗਏ ਬਾਤ ਤੋਂ, ਆ ਦੇਖੀ ਉਹ ਦੇਖ ਫੋਟੋ ਫਰੇਮ ਦੇਖਿਆ, ਸੋਹਣੇ ਫਰੇਮਿੰਗ ਹੈ ਯਾਰ, ਉਹਦੇ ਫੋਟੋ ਲੈ ਕੇ ਜਾਊਂਗੇ ਦੇਖੀ। ਦੇਖ ਲੋ ਪਿਛਲੀ ਵਾਰ ਵੀ ਜਦ ਆਏ ਤੇ ਉਹਦੀ ਫੋਟੋ ਖਿਚਾਈ ਦੀ ਇਹਨਾਂ ਨੇ, ਇਸ ਵਾਰ ਮੇਰੀ ਖਿਚਾ ਰਿਹਾ ਫੋਟੋ। ਸ਼ੀਸ਼ੇ ਵਾਲੀ ਲਿਫਟ ਆ ਰਹੀ ਹੈ, ਹਜੇ ਕਿੱਥੇ ਆ ਗਈ, ਜੱਸੂ ਤੇ ਕਿੰਨਾ ਵਜਨ ਪਾਇਆ ਵਾ, ਸਾਰਾ ਵੇਟ ਹੈ, ਪੱਥਰੇ ਪੱਥਰ ਭਰਿਆ ਪਿਆ ਦੇ, ਆਈ ਤਾਂ ਹੈ ਨੀ, ਮੈਂ ਅਗਰ ਹੁਣ ਆ ਜਾਣਾ ਗਿਰਜੂਗੀ ਟੁੱਟ ਜੂਗੀ ਰੱਸੀਆਂ ਜਿਸ ਤਰ੍ਹਾਂ, ਹੋਏ ਸਿੱਧੀ ਥੱਲਾ ਜਾਊਗੀ ਉਹ, ਆ ਗਈ ਸਿੱਧੀ ਗਰਾਊਂਡ ਉੱਪਰ ਆ ਗਈ, ਤੇ ਸਿੱਧੀ ਜੀਪ ਪਰ ਆ ਕੇ ਕਲਿੱਕ ਕਰੀ, ਆਹ ਚੀਜ਼ਾਂ ਬਣਾਈ ਹੋਈਆਂ ਟੈਨੋ ਪਰ ਟੈਨੋ ਕਿਸੇ ਦੇ ਆ ਲੁੱਟ ਲੁੱਟ ਕਰੀ ਹੋਈ ਇਹਨਾਂ ਨਾਲ ਰੁਕੂ ਆ ਆਪਣਾ ਟੈਨੋ। ਪਾਣੀ ਚ ਬਿਠਾਇਆ ਹੋਇਆ, ਪਾਣੀ ਚ ਪਾਇਆ ਹੋਇਆ ਛੋਟਾ ਜਿਹਾ ਨਿਆਣਾ ਬਣਾ ਕੇ, ਮੇਨ ਤਾਂ ਇਹ ਹੈ ਜਿਹਦੇ 24 ਘੰਟੇ ਵਾਲਾ ਭਰ ਰਹੇ ਹਾਂ। ਸਾਰਾ ਕੁਛ ਦੇਖ ਲਿਆ, ਮੂਵੀ ਦੇਖ ਲਈ, ਸਭ ਕੁਛ ਦੇਖ ਲਿਆ, 2 ਵਜੇ ਵਿਹਲੇ ਹੋ ਗਏ, 3 ਵੀ ਮਨ ਆ ਗਏ ਅੱਜ, ਇੰਨੀ ਉਹ ਆ ਗਿਆ ਪੜਦਾ, ਆਈ ਨਾ ਸਿੱਧਣਾ ਬਾਈ ਨੇ ਪਿਛੇ, ਪੁੱਛੀ ਬਾਈ ਨੂੰ ਕਿ ਬਾਈ ਪੜਦਾ ਕਰ ਦੋਗੇ, ਘੰਟੇ ਕੀ ਮੂਵੀ ਦੀ, ਘੰਟੇ ਮੈਂ ਕਲੀਅਰ ਕਰਾਇਆ ਮੂਵੀ ਵੀ, ਹੁਣ ਆਪਾਂ ਨਾ 3 ਵੀ ਬਣ ਆ ਗਏ,
ਐਜਾ ਮਾੜਾ ਕੰਮ ਹੋਇਆ। ਪਹਿਲਾਂ ਕੋਸਮੋ ਮਾ ਕਹਿ ਰਹੇ ਜੀ ਟੈਕਨੀਕਲ ਇਸ਼ੂ ਆ, ਬੰਦ ਹੈ 3 ਦਿਨ ਦੇ ਟ੍ਰੈਕਟਰ, ਉੱਥੇ ਪਾਰਕਿੰਗ ਫ੍ਰੀ ਕੀ ਫੂਗੀ, ਮੈਂ ਸਾਲੇ ਮਰ ਨਹੀਂ ਸਕਦੇ ਦੱਸ ਨਹੀਂ ਸਕਦੇ ਤੇ, ਕਹਿ ਰਹੇ ਜੀ ਪਤਾ ਨਹੀਂ ਮੈਨੂੰ। ਮੈਂ ਕਿਹਾ ਚਲੋ, ਉੱਥੇ ਬਾਅਦ ਜੀ 12 ਵਜੇ ਦਾ ਸ਼ੋਅ ਲੈਂਟੇ ਮੋਲ ਮੈਂ ਦਿਖਾਇਆ, ਖਿੱਚ ਕੇ ਗੱਡੀ ਲੈਂਟੇ ਮੋਲ ਲਿਆ। ਅੱਗਾ ਮੇਰੇ ਕਰਕੇ ਇਹੋ ਜਿਹੇ ਸੂਰਮੇ ਮੈਨੂੰ ਕਹੀ ਗਿਆ ਟਿਕਟਾਂ ਦੇਖ ਲੈ, 27 ਤਰੀਕ ਨੂੰ ਰਿਲੀਜ਼ ਹੋਣੀ ਮੂਵੀ, ਅੱਜ ਜਗ੍ਹਾ ਟਿਕਟਾਂ ਲੈ ਰਹੇ 22 ਤਰੀਕ ਨੂੰ। ਉਹ ਕਹਿ ਬਾਈ ਸਾਹਿਬ ਮੇਰੇ ਕੋਲ ਉਲਝ ਪਿਆ, ਕਹਿੰਦਾ ਵੀਰ ਜੀ ਮੈਂ ਕਿਸ ਤਰ੍ਹਾਂ ਦੇਵਾਂ 22 ਤਰੀਕ 27 ਵਾਲੀ ਮੂਵੀ ਦੀ ਟਿਕਟਾਂ ਬਾਈ ਨੂੰ, ਠੀਕ ਹੈ। ਉੱਥੇ ਵੀ 50 ਰੁਪਏ ਕਿਹੜਾ ਪੁੱਲ ਵਾਲਿਆ ਪਾਰਕਿੰਗ ਕਾ। ਉਹਤੇ ਬਾਅਦ ਮੈਂ ਕਿਹਾ ਚਲੋ ਛੱਡੋ, ਹੁਣ ਹੋਰ ਤਾਂ ਕੁਛ ਨਹੀਂ, ਜੁੱਤੀਆਂ ਜੁੱਤੀਆਂ ਲੈ ਲਈਏ, ਪੜਦਾ ਪੜਦੇ ਵਾਲੇ ਨੇ ਸਾਲੇ ਨੇ ਜਵਾਬ ਦੇ ਦਿਆ, ਇਹ ਵਿਹਾਰ ਕਾ ਬਾਈ। ਉਹ 3B ਬਣ ਕੇ ਮਾਰਕੀਟ ਮੈਂ ਆਏ ਹੈ, ਜੇ ਬਾਬੇ ਨੇ ਚਾਹਿਆ ਤਾਂ ਪੂਰੇ ਤੇ ਤੁਹਾਨੂੰ ਦਿਖਾ ਦੇ ਆ, ਬੈਠ ਕੇ ਜਲਦੀ ਪੀ ਲਓ, ਗਰਮ ਹੋ ਜਾਣਾ ਹੈ। ਦੇਖੋ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਹੋਲ ਕੇ ਲਾਗ 3B ਬਣ ਗਈ, ਪੁਰਾਣੀ ਮਾਰਕੀਟ ਉੱਧਰ ਨਵੀਂ ਮਾਰਕੀਟ ਹੈ, ਨਹੀਂ ਉਹੀ ਹੈ ਮਾਰਕੀਟ, ਹਾਂ ਇਸੀ ਮਾਰਕੀਟ ਮੈਂ ਆਇਆ ਬਾਈ। ਜੇ ਤਾਂ ਉਰੇ ਤੈਨੂੰ ਮਿਲ ਗਿਆ ਤਾਂ ਰੱਬ ਰਾਖਾ, ਨਹੀਂ ਫਿਰ ਘਰਾਂ ਚਲੇ ਜਾਣਾ ਜੀ, ਬਸ ਕੁਛ ਖਾ ਕੇ ਆਵਾਂਗੇ, ਕਿਆ ਦੇਖਾਂਗੇ, ਪਹਿਲਾਂ ਇਹ ਕੰਮ ਨਿਬੜਾ ਤਾਂ। ਹਾਂ ਹੈ ਅੱਗਾ ਵੀ ਮਾਰਕੀਟ, ਉੱਥੇ ਵੀ ਹੈ ਪਹਿਲਾਂ ਦੇਖ ਲਓ। ਮਿੱਤਰਾ ਟਾਈਮ 2 ਪੂਰੇ ਵੱਜ ਗਏ ਜੀ, ਚੱਪਲ ਵੀ ਲੈ ਲਈ, ਪੜਦਾ ਵੀ ਕਟਿੰਗ ਕਰਾ ਲਿਆ ਬਾਈ ਨੇ, ਕਰਦੇ ਆ ਸਾਰਾ ਕੁਛ, ਫਿਲਮ ਫੁਲਮ ਸਭ ਦੇਖ ਲਿਆ, ਬਸ ਇਕੱਲਾ ਖਾਣਾ ਰਹਿ ਗਿਆ, ਉਹ ਵੀ ਜੇ ਨਸੀਬ ਮਾ ਹੋਊਗਾ ਤਾਂ ਮਿਲੂਗਾ ਅੱਜ, ਕਿਉਂਕਿ ਪਤਾ ਨਹੀਂ ਕਿਹੜੇ ਨੇ ਸੀ ਬੰਦੇ ਦਾ ਮੂੰਹ ਦੇਖਿਆ ਵਾ, ਅੱਜ 1 ਰੁਪਏ ਦਾ ਕੰਮ ਨਹੀਂ ਹੋਇਆ, ਸਿਰਫ ਪੈਸਿਆਂ ਦਾ ਨੁਕਸਾਨ ਹੋਇਆ, 2 ਜਗ੍ਹਾ 100 ਰੁਪਏ ਪਾਰਕਿੰਗ ਕੇ ਲਗੇ, ਔਰ ਜਿਹੜਾ 500-700 ਰੁਪਏ ਦਾ ਤੇਲ ਹੋ ਗਿਆ ਉਹ ਪਤਾ ਕਹਿਣਾ ਹੀ ਗਿਆ ਜੀ। ਚੱਲ ਹੁਣ ਦੇਖਦੇ ਹਾਂ ਕਿਆ ਬਣਦਾ ਹੈ। ਬਸ ਸਾਰਾ ਕੁਛ ਦੇਖ ਲਿਆ, ਮੂਵੀ ਪੜਦਾ ਸਭ ਕੁਛ ਹੋ ਗਿਆ, ਬਸ ਐਂਡ 'ਚ ਬਾਬੇ ਨੇ ਆਹ ਖਾਣੇ ਨੂੰ ਦਿਆ ਵੀ ਟਾਈਮ ਸਿਰ ਖਾ ਲਈਏ ਤਾਂ ਠੀਕ ਹੈ, 3 ਵੱਜ ਗਏ ਖਾਈਏ ਜੀ, ਪਰ ਬਾਅਦ 'ਚ ਕਰਦੇ ਹਾਂ ਬਾਕੀ ਦੀ ਗੱਲ ਬਸ। ਦੇਖੋ ਮਿੱਤਰੋ ਟਾਈਮ ਹੋ ਗਿਆ 8:05, ਜਿਹੜੀ ਵੀਡੀਓ ਦਿਨ ਮਾਂ ਨਹੀਂ ਦੇਖੀ ਮੂਵੀ ਉਹ ਦੇਖਣ ਚੱਲੇ ਹਾਂ, ਮੂਵੀ ਤਾਂ ਮਿਲਣੀ ਨਹੀਂ ਹੈ, ਕੁਛ ਹੋਰ ਦੇਖਣ ਚੱਲੇ ਹਾਂ, ਕਿ ਟ੍ਰੇਨ ਵਾਲਾ ਰੈਸਟੋਰੈਂਟ ਖੋਲਿਆ, ਕਿਸਮਤ ਨੇ ਜੇ ਸਾਥ ਦਿਆ, ਐਂਡ ਮਾਂ ਇੱਕ ਦੋ ਚੀਜ਼ਾਂ ਤਾਂ ਪੋਜ਼ਿਟਿਵ ਹੋਈਆਂ ਸਵੇਰ, ਅਤੇ ਮਤਲਬ 2 ਵਜੇ ਤੱਕ ਤਾਂ ਨੈਗੇਟਿਵ ਚੱਲ ਰਿਹਾ ਤਾਂ 2 ਵਜੇ ਤੋਂ ਬਾਅਦ ਕੰਮ ਪੋਜ਼ਿਟਿਵ ਹੋਣੇ ਸ਼ੁਰੂ ਹੋਏ ਹੈ, ਤਾਂ ਹੁਣ ਦੇਖਦੇ ਹਾਂ। ਵੈਸੇ ਪੋਜ਼ਿਟਿਵ ਤਾਂ ਇੱਕ ਹੀ ਹੋਇਆ, ਘਰ ਆ ਕੇ ਵੀ ਵਾਪਸ ਭੱਜਣਾ ਹੀ ਪਿਆ ਆਫਿਸ ਨੂੰ, ਆਫਿਸ ਵਾਲਾ ਕੰਮ ਨਿਬੜਿਆ ਆ, ਅਤੇ ਹੁਣ ਚੱਲਦੇ ਹਾਂ ਪਹਿਲਾਂ ਟ੍ਰੇਨ ਵਾਲੇ ਰੈਸਟੋਰੈਂਟ, ਅਤੇ ਫਿਰ ਜੱਸੂ ਨੂੰ 1 ਜੋੜੀ ਜੁੱਤੀ ਹੋਰ ਦਵਾ ਲਿਆਵਾਂ, ਮੈਂ ਕਿਹਾ 1 ਜੋੜੀ ਤਾਂ ਦਿਨ ਮੈਂ ਦਵਾ ਦੀ, 1 ਜੋੜੀ ਹੁਣ ਦਵਾ ਲਿਆਵਾਂ, ਪੜਦੇ ਵਾਲਾ ਕੰਮ ਵੀ ਕਰਾਂਗੇ। ਕਿੱਥੇ ਬੈਠ ਕੇ ਫੋਟੋ ਸ਼ੂਟ ਕਰਾ ਲਈ ਯਾਰ, ਟ੍ਰੇਨ ਰੈਸਟੋਰੈਂਟ ਦਾ ਜਿਹੜਾ ਖੁੱਲਿਆ ਵਾ ਰਹੇ ਨਵਾਂ ਵਿੱਚ, ਦੇਖੋ ਜੀ VIP ਰੋਡ ਦੇ ਰਾਸ਼ ਦੇਖਿਓ ਕਿੰਨਾ ਪਿਆ ਵਾ, ਆਪਾਂ DIY ਜਾ ਕੇ ਆਏ ਹਾਂ, ਹੁਣ ਪਰਗੁਣ ਦੀਆਂ ਨਮਕੀਨਾਂ ਲੈਣ ਜਾ ਰਹੇ ਹਾਂ, ਇੰਨਾ ਰਾਸ਼ ਪਿਆ ਵਾ ਇੱਥੇ VIP ਰੋਡ ਦੇ ਵਿੱਚ, ਚਾਰੇ ਪਾਸੇ ਰਸ਼ ਪਿਆ ਪਿਆ ਪੂਰਾ। ਆ ਜਾ ਰਹੀ ਸਾਡੀ ਜੱਸੂ ਰਾਣੀ, ਆ ਜਾ ਰਹੀ ਸਾਡੀ ਪਰਗੁਣ ਰਾਣੀ, ਆ ਦੇਖ ਪਰਗੁਣ, ਆ ਜਾ ਰਹੀ ਸਾਡੀ ਪਰੀ ਰਾਣੀ। ਕਾਸ਼ ਨਹੀਂ ਮਤਲਬ ਸੋਰੀ, ਕਾਸ਼ ਕਹਿ ਰਿਹਾ ਵੀ ਚਲੋ ਸ਼ੁਕਰ ਹੈ ਕਿ ਸਾਰਾ ਲੋਟ ਆ ਗਿਆ ਮਹਾਰਾਜ ਜੀ, ਪਰਗੁਣ ਕੀ ਵੀ ਜੁੱਤੀ ਮਿਲ ਗਈ, ਜੱਸੂ ਕੀ ਵੀ ਮਿਲ ਗਈ, ਪਰਗੁਣ ਨੂੰ ਤਾਂ 2 ਮਿਲ ਗਈਆਂ ਉਲਟਾ, ਕਿਉਂਕਿ ਨਾ ਬੱਚਾ ਚੋਇਸ ਜ਼ਿਆਦਾ ਮਿਲ ਜਾ, ਇੱਕ ਸੈਂਡ ਨੋਰਮਲ ਚੱਪਲ ਆਪਣਾ ਇਹਦੇ ਬੱਦਰੀ ਵਾਲੀ, ਇੱਕ ਨੋਰਮਲ ਵਾਲੀ, 2 ਮਿਲ ਗਈਆਂ ਇਹਨੂੰ, ਪਰ ਚਲੋ ਜੱਸੂ ਨੂੰ ਮਿਲ ਗਈ ਉਹਦੀ ਪਸੰਦ ਦੀ,
ਤੇ ਪਰਗੁਣ ਦੀਆਂ ਨਮਕੀਨਾਂ ਵੀ ਲੈ ਲਈਆਂ ਗਈਆਂ ਤੇ ਡੀ ਆਈ ਵਾਈ ਤੋਂ ਤੌਲੀਆ ਵੀ ਲੈ ਲਿਆ ਗਿਆ ਤੇ ਹੁਣ ਘਰ ਵੱਲ ਰੁੱਖ ਕਰ ਦਿਆ ਗਿਆ। ਹੁਣ ਘਰੇ ਜਾ ਕੇ ਪਨੀਰ ਦੀ ਸਬਜ਼ੀ ਨਾਲ ਰੋਟੀ ਖਾਵਾਂਗੇ ਤੇ ਕੱਲ ਨੂੰ ਆਵਾਂਗੇ। ਆਹ ਹੈਗਾ ਦੇਖੋ ਸੂਰਿਆ ਟਾਵਰ, ਆਹ ਹੈਗਾ ਵੀ ਆਈ ਪੀ ਸੈਂਟਰਲ, ਇਹਦੇ ਚ ਅੱਗੇ ਹੋ ਸਵੇਰੇ ਫੋਨ ਕਰਕੇ ਦੱਸੂਗਾ ਵੀ ਟੇਬਲ ਮਿਲ ਸਕਦਾ ਨਹੀਂ। ਮੈਂ ਕਿਹਾ ਦੱਸਦੀ ਭਾਈ ਨਹੀਂ ਨਾ ਸਹੀ ਨਹੀਂ ਹੋਊਗਾ, ਲੁੱਟਣਾ ਥੋੜੀ ਨਾ, 5,000 ਦਾ ਕਿਆ ਖਾ ਲਾਂਗੇ ਜੀ, ਐਵੇਂ ਨਜਾਇਜ਼ ਕਰਿਆ। ਚਲੋ ਚੱਲੀਏ ਜੀ ਹੁਣ ਘਰੇ, ਦੇਖਦੇ ਆ ਕੱਲ ਕਿਆ ਬਣੂਗਾ ਕਿਆ ਨਹੀਂ, ਬਾਕੀ ਦੇਖਦੇ ਆ ਤੇ ਕਰਦੇ ਆ ਵੀਡੀਓ ਨੂੰ ਇੱਥੇ ਸਮਾਪਤ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਕਰੇ ਲਾਈਕ, ਚੈਨਲ ਨੂੰ ਕਰੇ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ। ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਨਾਲ, ਧੰਨਵਾਦ। ਉਹ ਦੇਖੋ ਬਾਈ ਅੱਜ ਪੂਰਨਮਾਸ਼ੀ ਆ, ਮੇਰੇ ਖਿਆਲ ਚਾਨਣ ਸ਼ੁਰੂ ਹੋ ਗਿਆ ਨਹੀਂ ਸ਼ੁਰੂ ਹੋ ਗਿਆ ਉਹ ਦੇਖੋ ਚੰਨ ਕਿੰਨਾ, ਹੁਣ 2-3 ਦਿਨ ਤੱਕ ਤਾਂ ਚਾਨਣਾ ਜਿਹਾ ਰਹੂਗਾ ਚੰਗੀ ਤਰ੍ਹਾਂ, ਉਹਦੇ ਬਾਅਦ ਲਾਗ ਖੜਿਆ ਬੰਦਾ ਵੀ ਨਹੀਂ ਦਿਖਣਾ ਜੀ। ਔਰ ਜਦ ਚਾਨਣ ਹੋਵਾ ਉਸ ਟਾਈਮ ਚੰਦ ਵੀ ਨਹੀਂ ਹੁੰਦਾ, ਚਾਹੇ ਕਿਲੋਮੀਟਰ ਤੱਕ ਦੇਖ ਲਓ ਉਹ ਦੇਖੋ ਚੰਦਾ ਹੋਵਾ, ਉਹ ਦੇ ਵਿੱਚ ਬੰਦੇ ਘੁੰਮ ਰਿਹਾ ਜਿਹੜਾ ਪਾਣੀ ਕੁਝ ਕਰ ਰਿਹਾ। ਗੱਡੀ ਹੁੰਦੀ ਨਹੀਂ ਸਟਾਪ, ਐਸੀ ਸਭ ਪਲੇਟ ਦੇਖ ਲੁੱਕਦੇ ਆਪ, ਲਰ ਕਰਨੇ ਦੇ ਚੱਕਰਾਂ ਚ ਪੂਰੇ ਨੂੰ ਕਿਸੇ ਸੁਣੇ ਦੇ ਗੋਪ ਆਸ ਕਰ ਲੈ ਆਸ ਕਰੇ ਇਸੇ 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 ਹੈਲੋ ਮਿੱਤਰੋ, ਆਪਾਂ ਆ ਗਏ ਜੀ ਆਪਣੇ ਖੇਤ ਖਲਿਆਣ 'ਚ, ਨਿਆਣੇ ਲੱਗ ਗਏ ਆਪਣੇ ਕੰਮ 'ਚ। ਦੇਖੋ ਇੱਕ ਬਰਗਰ ਬਣਾ ਰਿਹਾ, ਕੇਕ ਬਣਾ ਰਿਹਾ, ਇੱਕ ਪਤਾ ਨਹੀਂ ਕਿਆ ਬਣਾ ਰਿਹਾ। ਆਹ ਮੈਂ ਧਨੀਆ ਬੀਜਿਆ ਦੁਬਾਰੇ, ਪਹਿਲਾਂ ਪੱਟਿਆ ਸਾਰਾ, ਫਿਰ ਪਾਣੀ ਛੱਡਿਆ, ਫਿਰ ਪਾਣੀ ਦੇ ਉੱਪਰ ਗੋਬਰ ਵਾਲਾ ਸੁੱਕਾ ਰੇਹ ਨਾਲ ਧਨੀਆ ਬੀਜਿਆ। ਅਤੇ ਇੱਕ ਚੀਜ਼ ਦੇਖੋ, ਮੈਂ ਨਾ ਉਰੇ ਪਾਣੀ ਗੇ ਰਿਹਾ ਸੀ ਹੁਣੇ, ਆਹ ਦੇਖੋ ਕਿਆ ਸੋਹਣਾ ਘੀਆ ਦੇ ਉੱਪਰ ਕਿੰਨਾ ਸੋਹਣਾ ਲੱਗ ਰਿਹਾ, ਦੇਖੋ ਟੁੱਕ ਟੁੱਕ, ਆਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ। ਜਿਵੇਂ ਬਰਸਾਤ ਨਹੀਂ ਪੈਂਦੀ, ਮੈਂ ਇਹਨਾਂ ਨੂੰ ਗਿੱਲਾ ਜਿਹਾ ਕਰਿਆ, ਕਿੰਨਾ ਪਿਆਰਾ ਲੱਗ ਰਿਹਾ। ਕੀ ਆ ਲੱਗੀ ਤਾਂ ਹੈ ਨਹੀਂ, ਸ਼ਾਇਦ ਬਾਬਾ ਸੁੱਖ ਰੱਖੇ ਬਰਸਾਤਾਂ 'ਚ ਲੱਗ ਜਾਏ। ਆਹੀ ਇੱਕ ਵੇਲ ਰੱਖੀ ਹੋਈ ਹੈ, ਬਾਕੀ ਤਾਂ ਮੈਂ ਸਾਰੀਆਂ ਚੱਕਤੀਆਂ। ਇੱਕ ਵੇਲ ਆਹ ਰੱਖੀ ਹੈ, ਇੱਕ ਉਹ ਟਿੰਡਿਆਂ ਦੀ, ਇੱਕ ਉਹ ਟਿੰਡਿਆਂ ਦੀ, ਉੱਥੋਂ ਅਮਰੂਦ ਤੋਂ ਜਾਮਣ ਪੱਟ ਕੇ ਲਾਈ ਹੈ, ਜੇ ਤਾਂ ਹਰੀ ਹੋ ਗਈ ਬਾਬਾ ਸੁੱਖ ਰੱਖੇ, ਕਿਉਂਕਿ ਅਮਰੂਦ ਤੰਗ ਹੋ ਰਿਹਾ ਸੀਗਾ, ਹੁਣ ਅਮਰੂਦ ਖੁੱਲ੍ਹ ਗਿਆ ਉੱਥੇ। ਅਤੇ ਬਾਕੀ ਆਪਣਾ ਅੰਬ ਅਤੇ ਸੇਬ ਬਰਕਰਾਰ ਹੈ ਜੀ, ਪਾਣੀ ਲਾਈ ਜਾਂਦੇ ਆ, ਹਲਦੀ ਭਰਦੇ ਆ ਰਿਹਾ ਜੇ, ਕੋਸ਼ਿਸ਼ ਅੱਜ ਪੂਰੇ ਕੁ ਤੱਕ ਹਲਦੀ ਭਰ ਦਾਂਗੇ, ਚੀਕੂ ਕੁ ਤੱਕ ਡੋਲਾਂ ਪੂਰੇ ਕੁ ਤੱਕ, ਭਾਬੇ ਨਾਲ ਸੁੱਖ ਰੱਖੀ ਇੰਨੀ ਕੁ ਡੋਲਾਂ ਭਰ ਦਾਂਗੇ, ਅਤੇ ਦੇਖਦੇ ਹਾਂ ਕਿਆ ਬਣਦਾ ਜੀ ਹੁਣ। ਅਤੇ ਆਹ ਦੇਖੋ ਤੁਹਾਨੂੰ ਦਿਖਾਵਾਂ, ਆਹ ਦੇਖੋ ਉਹਨੇ ਹਾਰਟ ਵਾਲਾ ਕੇਕ ਬਣਾ ਦਿਆ ਜੱਸੂ ਨੇ। ਇਹ ਮੇਰਾ ਪਤਾ ਨਹੀਂ ਕਿਆ, ਮੇਰਾ ਤੇਰਾ ਕਿਆ ਕੇਕ ਕੀ ਹੈ ਤੇਰਾ ਵੀ, ਅਤੇ ਤੇਰੇ ਪਰਗਣ ਤੂੰ ਕਿਆ ਬਣਾ ਰਹੀ ਹੁਣ, ਬਰਗਰ 'ਤੇ ਬਾਲ ਭਰਾ ਗਈ। ਅੱਛਾ ਚੱਲ ਬਾਲੇ ਬਣਾ ਲੈ, ਆਹ ਦੇਖੋ ਆਹ ਦੇਖੋ ਆਹ ਹੁੰਦਾ, ਇਹਦੇ 'ਤੇ ਆਉਂਦਾ ਉਹ ਰੂਈ ਲੱਗਦੀ, ਆਹ ਜਿਹੜਾ ਨੀਚੇ ਲੱਗਿਆ ਨਾ ਇਹਦੇ ਕੋਲ, ਇਹਦੇ ਰੂਈ ਲੱਗਦੀ ਹੈ। ਹੈਂ ਗਾਇਸ ਤੁਹਾਨੂੰ ਪਤਾ ਪੂਰੀ ਕਿਆ ਹੁੰਦੀ ਆ ਦੱਸੂਗੀ ਤੁਹਾਨੂੰ, ਹਾਂ ਦੱਸੋ ਕਿਆ ਹੁੰਦੀ ਪੂਰੀ, ਕਿਆ ਹੁੰਦੀ ਹੈ, ਕਿਵੇਂ ਬਣਦੀ ਹੈ ਉਹ, ਕਾਹਦੇ 'ਤੇ ਬਣਦੀ ਹੈ ਉਹ, ਤਵੇ 'ਤੇ ਬਣਦੀ ਹੈ, ਕਾਹਦੇ 'ਚ ਬਣਦੀ ਉਹ, ਤਵੇ ਪਤਾ ਨਹੀਂ ਬਣਦੀ ਪੂਰੀ, ਹਾਂ ਉਹ ਫਿਰ ਤੇਲ 'ਚ ਤਲੀਆਂ ਜਾਂਦੀਆਂ ਉਹ ਪੂਰੀਆਂ ਔਰ ਕਚੌਰੀਆਂ, ਸਮਝ ਗਏ ਨਾ, ਤੇਲ ਪਾਣੀ ਹੈ, ਪਾਣੀ ਤੇਲ ਤਾਂ ਹੈ ਤੇਰੇ ਵਾਸਤੇ, ਤੇਲ ਤਾਂ ਜਮੇ ਹੈ ਉਹ, ਦੇਖੋ ਉਹਦਾ ਦਿਲ ਨਹੀਂ ਲੋਟ ਆ ਰਿਹਾ, ਜ਼ਿਆਦਾ ਪਤਲਾ ਕਰ ਲਿਆ ਉਹਨੇ, ਕਿਹੜੀ ਬੇਲ, ਉਹ ਬੇਲ ਤਾਂ ਗਿੱਲੇ ਕਰਕੇ, ਆਹ ਬੇਲ ਗਿੱਲੇ ਕਰਕੇ ਥੱਲੇ ਨੂੰ ਆ ਰਹੀ ਹੈ, ਇਹਨੂੰ ਸੈੱਟ ਕਰਦੀ ਆਪਾਂ ਮਾੜਾ ਜਿਹਾ, ਪਾਣੀ ਟੱਪ ਰਿਹਾ ਸਾਫ਼ ਹੋ ਗਿਆ।
ਮਾੜੀ ਮਾੜੀ ਘਿਆ ਲੱਗੀ ਵੀ ਹੈ ਪਰ ਹਜੇ ਵੱਧ ਨਹੀਂ ਰਹੀ, ਸ਼ਾਇਦ ਬਰਸਾਤਾਂ ਤੋਂ ਬਾਅਦ ਕੁਛ ਹੋ ਜਾਵੇ, ਸੈੱਟ ਕਰਦੀ ਹੈ ਨਾ। ਇਹ ਦੇਖੋ ਜੀ ਆਹ ਬੰਨਦੀ ਇੱਥੋਂ, ਆਹ ਜੜ ਮੇਨ ਇੱਕ ਕੁਛ ਬੰਨਦਾ ਕੁਛ ਰਹਿ ਗਿਆ, ਹੁਣ ਥੋੜ੍ਹੀ ਦੇਰ 'ਚ ਬੰਨਦਾ, ਚੱਕਰ ਆ ਗਿਆ ਘਰ ਵਿੱਚ, ਬਹੁਤ ਬੁਰਾ ਹਾਲ ਹੋ ਗਿਆ, ਗਰਮੀ ਬਹੁਤ ਹੈ। ਉਹਦੇ ਹੈਪੀ ਬਰਥਡੇ ਜੱਸੂ, ਜੱਸੂ ਲਿਖ ਰਹੀ ਭਾਈ, ਕੌਣ ਲਿਖ ਰਹੀ?